ਭਾਵੇਂ ਪੰਜਾਬ ਦੇ ਸਰਕਾਰੀ ਐਗਜ਼ਾਮ ਹੋਣ ਜਾਂ ਕੋਈ ਵੀ ਕੰਪੀਟੀਸ਼ਨ ਐਗਜ਼ਾਮ ਹੋਵੇ, ਜ਼ਿਆਦਾਤਰ ਪੇਪਰਾਂ ਦੇ ਵਿੱਚ ਨੈਗੇਟਿਵ ਮਾਰਕਿੰਗ ਹੁੰਦੀ ਹੀ ਹੁੰਦੀ ਹੈ। ਪਰ ਇਸ ਦੇ ਬਾਵਜੂਦ ਕੁਝ ਸਟੂਡੈਂਟ ਇਹੋ ਜਿਹੇ ਵੀ ਹੁੰਦੇ ਆ ਕਿ ਜੋ ਸ਼ਾਇਦ ਪਹਿਲੀ ਵਾਰੀ ਐਗਜ਼ਾਮਸ ਦੇ ਰਹੇ ਆ, ਜਾਂ ਫਿਰ ਉਹਨਾਂ ਦਾ ਕੈਲਕੂਲੇਸ਼ਨ ਦੇ ਵਿੱਚ ਹੱਥ ਤੰਗ ਹੁੰਦਾ ਵਾ, ਸੋ ਉਹਨਾਂ ਨੂੰ ਸਮਝ ਨਹੀਂ ਆਉਂਦੀ ਨੈਗੇਟਿਵ ਮਾਰਕਿੰਗ ਦੀ, ਅਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੱਦਾਂ ਟੈਸਟ ਕਰਨ ਤੋਂ ਬਾਅਦ ਜਾਂ ਪੇਪਰ ਕਰਨ ਤੋਂ ਬਾਅਦ ਆਪਣਾ ਫਾਈਨਲ ਸਕੋਰ ਕਿੱਦਾਂ ਕੈਲਕੂਲੇਟ ਕਰ ਸਕਦੇ ਆ। ਸੋ ਉਹਨਾਂ ਦਾ ਕੰਮ ਹੀ ਆਸਾਨ ਕਰਨ ਲਈ ਪੜ੍ਹਾਈ ਹੈ ਮੈਂ ਅੱਜ ਦੀ ਇਹ ਵੀਡੀਓ, ਜਿਹਨੂੰ ਦੇਖ ਕੇ ਚੌਥੀ ਪੰਜਵੀਂ ਦਾ ਸਟੂਡੈਂਟ ਵੀ ਆਪਣਾ ਸਕੋਰ ਆਸਾਨੀ ਦੇ ਨਾਲ ਕੈਲਕੂਲੇਟ ਕਰ ਸਕਦਾ ਵਾ, ਇਹ ਮੈਂ ਗਾਰੰਟੀ ਦਿੰਦਾ ਵਾ ਤੁਹਾਨੂੰ। ਸੋ ਆਓ ਕਰਦੇ ਹਾਂ ਸਟਾਰਟ ਅੱਜ ਦੀ ਇਹ ਵੀਡੀਓ। ਚੜ੍ਹਦੀ ਕਲਾ, ਚੜ੍ਹਦੀ ਕਲਾ, ਚੜ੍ਹਦੀ ਕਲਾ ਤੁਹਾਡੀ ਹਮੇਸ਼ਾ ਹੀ ਰਹੇ ਚੜ੍ਹਦੀ ਕਲਾ। ਸੋ ਪੰਜਾਬੀ ਵੀਡੀਓ ਬਹੁਤ ਬਹੁਤ ਸਵਾਗਤ ਕਰਦਾ, ਮੈਂ ਪਰਮਵੀਰ ਸਿੰਘ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ, ਔਰ ਜਿਹਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਹਾਊ ਟੂ ਕੈਲਕੂਲੇਟ ਨੈਗੇਟਿਵ ਮਾਰਕਿੰਗ, ਨੈਗੇਟਿਵ ਮਾਰਕਿੰਗ ਕੈਸੇ ਨਿਕਾਲਤੇ ਹੈ, ਰਾਈਟ। ਸੋ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ, ਔਰ ਲੈ ਚੱਲਦਾ ਮੈਂ ਤੁਹਾਨੂੰ ਆਪਣੀ ਸਕਰੀਨ ਦੇ ਉੱਤੇ। ਔਰ ਸਭ ਤੋਂ ਪਹਿਲਾਂ ਠੀਕ ਹੈ, ਇੱਕ ਗੱਲ ਬੇਸਿਕ ਗੱਲ, ਨੈਗੇਟਿਵ ਮਾਰਕਿੰਗ ਹੁੰਦੀ ਹੈ ਜ਼ਿਆਦਾਤਰ ਐਗਜ਼ਾਮ ਦੇ ਵਿੱਚ, ਪਹਿਲਾਂ ਇਹ ਸਮਝ ਲੱਗਦੇ ਹੈ ਹੁੰਦੀ ਕੀ ਆ, ਠੀਕ ਹੈ, ਨੈਗੇਟਿਵ ਮਾਰਕਿੰਗ ਹੁੰਦੀ ਕਿਉਂ ਆ, ਰਾਈਟ। ਦੇਖੋ ਨੈਗੇਟਿਵ ਮਾਰਕਿੰਗ ਦਾ ਜਿਹੜਾ ਪਰਪਸ ਇਹ ਹੁੰਦਾ ਵਾ, ਠੀਕ ਹੈ, ਕਿਉਂ, ਕਿਉਂਕਿ ਜਿਹੜੇ ਇਹ MCQ ਟਾਈਪ ਐਗਜ਼ਾਮ ਹੁੰਦੇ ਆ, ਇਹਨਾਂ ਦੇ ਵਿੱਚੋਂ ਕੋਈ ਇੱਕ ਆਪਸ਼ਨ ਤੁਸੀਂ ਸਿਲੈਕਟ ਕਰਨਾ, ਠੀਕ ਹੈ। ਸੋ ਇਹਦੇ ਵਿੱਚ ਰਾਈਟ ਨੈਗੇਟਿਵ ਮਾਰਕਿੰਗ ਤਾਂ ਰੱਖੀ ਹੁੰਦੀ ਹੈ ਤਾਂ ਕਿ ਸਟੂਡੈਂਟ ਜਿਹੜੇ ਹੈਗੇ ਆ ਉਹ ਤੁੱਕੇ ਨਾ ਲਾਉਣ, ਅੰਨੇਵਾਹ ਜਿਹੜੇ ਹੈਗੇ ਆ ਉਹ ਤੁੱਕੇ ਨਾ ਲਾਉਣ, ਉਹਨਾਂ ਨੂੰ ਡਿਸਕਰੇਜ ਕਰਨ ਲਈ, ਕਿਉਂ, ਕਿਉਂਕਿ ਜੇ ਉਹ ਤੁੱਕੇ ਲਾਉਣਗੇ ਤਾਂ ਜਿਹੜੇ ਸਵਾਲ ਉਹਨਾਂ ਦੇ ਗਲਤ ਹੋਣਗੇ ਉਹਨਾਂ ਦੇ ਨੰਬਰ ਕੱਟੇ ਜਾਣਗੇ, ਠੀਕ ਆ, ਉਹਨਾਂ ਦੇ ਜਿਹੜਾ ਹੈਗਾ ਵਾ ਉਹਨਾਂ ਨੂੰ ਇੱਕ ਪੈਨਲਟੀ ਲੱਗੂਗੀ ਹਰ ਸਵਾਲ ਗਲਤ ਹੋਣ ਦਾ, ਨੈਗੇਟਿਵ ਜਿਹੜਾ ਹੈਗਾ ਵਾ ਉਹ ਉੱਥੇ ਮਾਰਕਿੰਗ ਹੋ ਜਾਂਦੀ ਹੈ। ਸੋ ਇਹ ਜਿਹੜਾ ਹੈਗਾ ਵਾ ਬੇਸਿਕ ਹੈ ਇੱਕ ਤਰੀਕੇ ਦਾ ਨੈਗੇਟਿਵ ਮਾਰਕਿੰਗ ਦਾ। ਔਰ ਪੰਜਾਬ ਦੇ ਜ਼ਿਆਦਾਤਰ ਐਗਜ਼ਾਮਸ ਦੀ ਅਗਰ ਮੈਂ ਗੱਲ ਕਰਾਂ ਤਾਂ 25% ਇੱਥੇ ਨੈਗੇਟਿਵ ਮਾਰਕਿੰਗ ਹੁੰਦੀ ਆ, ਜਾਂ ਜਿਹਨੂੰ 1/4 ਨੈਗੇਟਿਵ ਮਾਰਕਿੰਗ ਵੀ ਕਹਿ ਦਿੱਤਾ ਜਾਂਦਾ ਵਾ। ਦੋਨੋਂ ਗੱਲਾਂ ਸੇਮ ਆ, 25% ਜਾਂ 1/4 ਨੈਗੇਟਿਵ ਮਾਰਕਿੰਗ, ਇਹ ਸੇਮ ਹੀ ਗੱਲ ਆ। ਸੋ ਇਸ ਕਰਕੇ ਮੈਂ ਤੁਹਾਨੂੰ 25% ਦੇ ਉੱਤੇ ਅੱਜ ਕੈਲਕੂਲੇਸ਼ਨ ਕਰਨੀ ਸਿਖਾਉਂਗਾ ਸਿੰਪਲੀ, ਠੀਕ ਹੈ, ਕਿ ਤੁਹਾਨੂੰ ਜ਼ਿਆਦਾ ਉਲਝਾਉਣਾ ਨਹੀਂ ਹੈ ਕਿਉਂਕਿ ਜ਼ਿਆਦਾਤਰ ਐਗਜ਼ਾਮ 'ਚ 25% ਹੀ ਹੁੰਦੀ ਹੈ, ਠੀਕ ਹੈ। ਸੋ ਆਓ ਕਰਦੇ ਹਾਂ, ਦੇਖਦੇ ਹਾਂ ਕਿ ਕੈਲਕੂਲੇਟ ਕਿੱਦਾਂ ਕਿੱਦਾਂ ਕਰਨੀ, ਠੀਕ ਹੈ। 3 ਸਟੈਪ ਆ, ਬੜੇ ਆਸਾਨ ਆਸਾਨ ਸਟੈਪ ਆ, ਸੋ ਜਿਹਦੇ ਨਾਲ ਤੁਹਾਨੂੰ ਪੂਰੀ ਕਲੈਰਿਟੀ ਆ ਜਾਏਗੀ, ਰਾਈਟ। ਸੋ ਦੇਖੋ ਸਭ ਤੋਂ ਪਹਿਲਾਂ ਕੀ ਹੈ ਕਿ ਜਦੋਂ ਵੀ ਕੋਈ ਸਟੂਡੈਂਟ ਟੈਸਟ ਕਰਦਾ ਵਾ ਜਾਂ ਐਗਜ਼ਾਮ ਕਰਦਾ, ਆਂਸਰ ਕੀ ਨਾ ਉਹ ਆਂਸਰ ਆਪਣੇ ਮਿਲਾ ਲੈਂਦਾ ਵਾ, ਤੇ ਉਹਦੇ ਕੋਲ ਇਹ ਡਾਟਾ ਆ ਜਾਂਦਾ ਵਾ ਕਿ ਕਿੰਨੇ ਉਹਦੇ ਜਿਹੜੇ ਆ ਸਹੀ ਆ ਤੇ ਕਿੰਨੇ ਗਲਤ ਆ, ਠੀਕ ਆ, ਹਾਂ, ਰਾਈਟ। ਹੁਣ ਇਸ ਤੋਂ ਅੱਗੇ ਫਾਈਨਲ ਸਕੋਰ ਕਿੱਦਾਂ ਕੱਢਣਾ ਵਾ, ਰਾਈਟ, ਇਹ ਸ਼ਾਇਦ ਉਹਦੇ ਲਈ ਮੁਸ਼ਕਿਲ ਬਣ ਜਾਂਦੀ ਹੈ। ਸੋ ਇਹਦੇ ਲਈ 3 ਈਜ਼ੀ ਸਟੈਪ ਦੱਸੂੰਗਾ ਮੈਂ, ਠੀਕ ਹੈ। ਸਭ ਤੋਂ ਪਹਿਲਾ ਸਟੈਪ ਕੀ ਆ ਕਿ ਜਿੰਨੇ ਉਹਦੇ ਰੋਂਗ ਹੋਏ ਆ, ਹਨਾ, ਠੀਕ ਹੈ, ਜਿੱਦਾਂ ਇੱਥੇ 22 ਰੋਂਗ ਆ, ਤੇ ਇਹਨੂੰ ਜਿਹੜਾ ਹੈਗਾ ਵਾ ਉਹ 4 ਦੇ ਨਾਲ ਡਿਵਾਈਡ ਕਰ ਦੇਣਾ, ਠੀਕ ਹੈ, ਜਿੰਨੇ ਰੋਂਗ ਹੋਏ ਆ ਉਹਨੂੰ 4 ਦੇ ਨਾਲ ਡਿਵਾਈਡ ਕਰ ਦੇਣਾ ਵਾ। ਸੋ ਜੋ ਇਸ ਕੇਸ ਦੇ ਵਿੱਚ ਕਿੰਨੇ ਬਣ ਗਏ, 5.5 ਬਣ ਗਏ, ਠੀਕ ਹੈ। ਹੁਣ ਦੂਸਰਾ ਸਟੈਪ ਕੀ ਹੈ, ਠੀਕ ਹੈ, ਕਿ ਜਿੰਨੇ ਟੋਟਲ ਰਾਈਟ ਆ, 56 ਰਾਈਟ ਆ, ਹਨਾ, ਰਾਈਟ, ਇਹਦੇ ਵਿੱਚੋਂ ਤੁਸੀਂ ਆ ਉੱਪਰਲੀ ਸੰਖਿਆ ਘਟਾ ਦੇਣੀ ਹੈ ਜੋ ਪਿਛਲੇ ਸਟੈਪ 'ਚ ਆਪਾਂ ਕੱਢੀ, ਠੀਕ ਹੈ, 56 - 5.5। ਸੋ ਇਹ ਕਿੰਨਾ ਬਣ ਗਿਆ, 56 - 5.5, ਤੁਸੀਂ ਕੈਲਕੂਲੇਟਰ ਦਾ ਵੀ ਯੂਜ਼ ਕਰ ਸਕਦੇ ਆ। ਸੋ ਇਹ ਬਣ ਜਾਣਾ ਵਾ 50.5, ਠੀਕ ਹੈ, ਰਾਈਟ। ਇੱਥੇ ਆ ਗਏ ਹੁਣ ਤੀਸਰਾ ਸਟੈਪ, ਠੀਕ ਹੈ, ਤੀਸਰੇ ਸਟੈਪ 'ਚ ਸਭ ਤੋਂ ਪਹਿਲਾਂ ਤੁਸੀਂ ਇੱਕ ਚੀਜ਼ ਪਤਾ ਕਰਨੀ ਆ ਕਿ ਤੁਹਾਡੇ ਪੇਪਰ ਦੇ ਵਿੱਚ ਇੱਕ ਸਵਾਲ ਦੇ ਕਿੰਨੇ ਨੰਬਰ ਆ, ਠੀਕ ਹੈ, ਇੱਕ ਸਵਾਲ ਦੇ ਕਿੰਨੇ ਨੰਬਰ ਆ। ਜੇ ਦੇਖੋ ਤੁਹਾਡੇ ਪੇਪਰ 'ਚ 4 ਨੰਬਰ ਦਾ ਇੱਕ ਸਵਾਲ ਆ, ਤਾਂ ਫਿਰ ਤੁਸੀਂ ਕੀ ਕਰਨਾ, ਆ ਜੋ ਤੁਹਾਡੇ ਕੋਲ ਉੱਪਰ ਸੰਖਿਆ ਆਈ ਨਾ ਸੈਕੰਡ ਸਟੈਪ ਦੇ ਵਿੱਚ 50.5, ਫਿਰ ਤੁਸੀਂ ਇਹਨੂੰ 4 ਨਾਲ ਗੁਣਾ ਕਰ ਦੇਣਾ, ਠੀਕ ਹੈ। ਸੋ 4 ਦੇ ਨਾਲ ਗੁਣਾ ਕਰ ਦੂੰਗੇ ਕਿੰਨਾ ਬਣਿਆ, 202, ਠੀਕ ਹੈ, ਇਹ ਤੁਹਾਡਾ ਫਾਈਨਲ ਸਕੋਰ ਆ, ਇਹ ਸਕੋਰ ਤੁਹਾਡਾ ਫਾਈਨਲ ਆ, ਠੀਕ ਹੈ, ਰਾਈਟ। ਔਰ ਜੇ ਮੰਨ ਲਓ ਕਿ ਤੁਹਾਡੇ ਪੇਪਰ ਦੇ ਵਿੱਚ 2 ਨੰਬਰ ਦਾ ਇੱਕ ਸਵਾਲ ਆ, ਠੀਕ ਹੈ, ਫਿਰ ਤੁਸੀਂ ਜੋ ਹੈ 50.5 ਨੂੰ ਕਿੰਨੇ ਨਾਲ ਗੁਣਾ ਕਰਨੀ ਹੈ, 2 ਨਾਲ ਗੁਣਾ ਕਰਨੀ ਹੈ, ਠੀਕ ਹੈ, ਰਾਈਟ, ਤਾਂ ਕਿੰਨਾ ਬਣ ਜਾਂਦਾ ਵਾ, 1, ਠੀਕ ਹੈ। ਪਰ ਜੇ ਮੰਨ ਲਓ ਕਿ ਤੁਹਾਡਾ ਸਵਾਲ 1 ਨੰਬਰ ਦਾ ਹੀ ਹੈ, ਜਿੱਦਾਂ ਜ਼ਿਆਦਾਤਰ ਪੇਪਰ 'ਚ 1 ਨੰਬਰ ਦਾ ਹੀ ਹੁੰਦਾ ਵਾ, ਠੀਕ ਹੈ, ਫਿਰ ਤੁਹਾਨੂੰ ਕੁਛ ਕਰਨ ਦੀ ਜ਼ਰੂਰਤ ਨਹੀਂ ਹੈ, ਜੋ ਸਟੈਪ 2 ਦੇ ਵਿੱਚ ਸੰਖਿਆ ਆਈ ਹੈ, ਹਨਾ, 50.5, ਇਹੋ ਹੀ ਤੁਹਾਡਾ ਫਿਰ ਫਾਈਨਲ ਸਕੋਰ ਹੈ,
राइट। सो फिर मतलब तुहाडा स्कोर इत्थे ही निकल जांदा वा स्टेप 2 दे विच, ठीक है। और हुण जे तुसीं इह जानना वा कि भाई तुहानूं नैगेटिव मार्किंग करके नुकसान किन्ना होया, ठीक है, किन्ने नंबर तुहाडे घट गए नैगेटिव मार्किंग करके, तां उहदे लई फिर तुसीं की करना वा, ठीक है, जो तुहाडे स्टेप 1 दे विच संख्या आई है, ठीक है, 5.5 राइट, इहनूं जिन्ने नंबर दा तुहाडा एक क्वेश्चन है उहदे नाल गुणा कर दो, ठीक है, 5.5 गुणा 4, जे 4 नंबर दा एक क्वेश्चन है तेनूं 4 नाल गुणा कर दो तां किन्ना बन गया 22, इहदा मतलब 22 नंबर दा तुहाडा नुकसान होया, ठीक है, नेगेटिव मार्किंग करके, राइट। और जे तुहाडा इह जिहड़ा हैगा वा इत्थे 2 नंबर दा क्वेश्चन है, ठीक है, तां इत्थे किन्ना बन जाएगा, 2 नाल गुणा कर दिओ इह आ जाणा 11, वी इत्थे तुहाडा 11 नंबर दा इह नुकसान होया, ठीक है। और जे तुसीं अपना ये नुकसान बचाउणा चाहुंदे आ नेगेटिव मार्किंग तों, नेगेटिव मार्किंग तों सही जो है बचण दा सही तरीका सिखणा चाहुंदे आ, ठीक है, राइट, कितना अपनी एक्यूरेसी इंक्रीज करके तो तुसीं अपने 10 नंबर तक वधा सकदे आ, 10 नंबर, ठीक है, 50 दिनां दे विच अपने 10 नंबर कितना वधा सकदे आ, राइट। तां उहदे लई मैं इक फ्री मास्टर क्लास कर रहा वा, मास्टर क्लास दा लिंक जिहड़ा वा तुहानूं हेठां डिस्क्रिप्शन दे विच मिल जाएगा, ठीक है, राइट। सो क्लिक करो इस लिंक दे उत्ते और रजिस्टर करो इस लाइव मास्टर क्लास दे लई। और हाँ, जे तुहानूं ये वीडियो पसंद आई, वीडियो ने तुहाडी कोई हेल्प कीती तां कमेंट दे विच हेल्पफुल जरूर लिख के जाना, ठीक है, कमेंट्स दे विच हेल्पफुल जरूर लिख के जाना। और मिलते हैं आपां इस लाइव मास्टर क्लास दे विच, राइट। पर याद रखना, सानूं दुध चंगाया शेर नहीं, साडे मत्थे अणख पंजाब दी, रब दित्तियां मस्त जवानियां हर पूरा करन दे ख्वाब लई। वाहिगुरु जी का खालसा, वाहिगुरु जी की फतेह। Thank you.